ਅੱਸੀ ਕਰਨ ਲਈ ਸਾਰਿਆਂ ਨੂੰ YouTube ਚੈਨਲ ਸਟੱਡੀ ਪੰਜਾਬ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਵੇਂ ਕਿ ਅੱਪਾ ਡੇਲੀ ਇੱਕ ਕਰੰਟ ਅਫੇਅਰ ਦੀ ਕਲਾਸ ਲੈ ਕੇ ਆਉਣਾ ਹੈ ਜੀ ਅੱਜ ਸ਼ੁਰੂ ਕਰ ਰਹੇ ਆਪਾਂ ਕਲਾਸ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਅੰਤਰਰਾਸ਼ਟਰੀ ਮਾਮਲੇ ਲੈ ਜਿਹੜੇ ਕੋਈ ਵੀ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਨੇਗੇ ਜੋ ਪੰਜਾਬ ਦੇ ਵਿੱਚ ਪੇਪਰਾਂ ਦੇ ਵਿੱਚ ਆਉਣ ਦੇ ਚਾਂਸ ਹੁੰਦੇ ਨੇ ਆਪਾਂ ਸਿਰਫ ਉਹ ਹੀ ਖਬਰਾਂ ਲੈ ਕੇ ਆਵਾਂਗੇ ਨਿਊਜ਼ ਲੈ ਕੇ ਆਵਾਂਗੇ ਪਹਿਲੀ ਇਹ ਦੇਖੋ ਇੱਕ ਸ਼ਾਨਦਾਰ ਪ੍ਰਾਪਤੀ ਵਿੱਚ ਸੀਏ ਚਨਈ ਦੀ ਇੱਕ 올ੰਪੀਅਨ ਕਿਹੜੀ ਆ ਭਵਾਨੀ ਦੇਵੀ ਨੇ ਚੀਨ ਦੇ ਵੂਸੀ ਵਿੱਚ ਹੋਈ ਏਸੀਆਈ ਤਲਵਾਰਬਾਜੀ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਲਈ ਪਹਿਲਾ ਕਾਂਸੀ ਤਗਮਾ ਹਾਸਲ ਕਰਕੇ ਇਤਿਹਾਸ ਰਾਤ ਦਿੱਤਾ ਹੁਣ ਇਹਦੇ ਵਿੱਚ ਇਹ ਦੇਖੋ ਜੀ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕੌਣ ਆ ਕੀ ਨਾਮ ਉਹਦਾ ਭਵਾਨੀ ਦੇਵੀ ਉਹਨੇ ਕੀ ਜਿੱਤਿਆਗਾ ਕਾਂਸੀ ਦਾ ਤਗਮਾ ਮਤਲਬ ਤੀਜੀ ਨੰਬਰ ਤੇ ਆਈ ਆ ਠੀਕ ਆ ਭਾਰਤ ਦੇ ਲਈ ਪਹਿਲਾ ਕਿੱਥੇ ਹੋਈਆਂ ਚੀਨ ਦੇ ਵਿੱਚ ਕਿੱਥੋਂ ਸੀ ਇੰਡੀਆ ਦੇ ਵਿੱਚੋਂ ਚੇਨਈ ਠੀਕ ਹੈ ਜੀ ਆਪਾਂ ਇਹ ਚੀਜ਼ਾਂ ਯਾਦ ਕਰਨੀਆਂ ਨੇ ਗਿਆ ਅੱਗੇ ਆਜੋ ਜੀ ਜਿਹੜਾ ਫਿਨਲੈਂਡ ਆ ਉਹਦੇ ਵਿੱਚ ਕੀ ਹੈ ਕੰਜ਼ਰਵੇਟਿਵ ਪਾਰਟੀ ਹੈ ਇੱਕ ਕੰਜ਼ਰਵੇਟਿਵ ਠੀਕ ਹੈ ਉਹ ਪਾਰਟੀ ਦੇ ਵਿੱਚੋਂ ਉਹਨਾਂ ਦਾ ਨੇਤਾ ਕਿਹੜਾ ਹੈਗਾ ਪਟੇਰੀ ਔਰਪੋ ਕਿਹੜਾ ਪਟੇਰੀ ਔਰਪੋ ਨੂੰ ਸੰਸਦ ਨੇ ਕੀ ਕਰਿਆ ਉਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾਤਾ ਕੁਐਸਚਨ ਆਜੂਗਾ ਆਪਾਂ ਨੂੰ ਕਿ ਫਿਨਲੈਂਡ ਦਾ ਪ੍ਰਧਾਨ ਮੰਤਰੀ ਕੌਣ ਹੈ ਤਾਂ ਆਪਾਂ ਕੀ ਕਹਾਂਗੇ ਪਟੇਰੀ ਔਰਪੋ ਕਲੀਅਰ ਹੈ ਜੀ ਉਸ ਤੋਂ ਬਾਅਦ ਚ ਅੱਗੇ ਆਜੋ ਜੀ ਇਹ ਹੈਗਾ ਜੀ 19 ਜੂਨ ਦੀ ਗੱਲ ਕਰਾਂਗੇ ਆਪਾਂ ਕਈ ਵਾਰ ਮਿਸ ਹੋ ਜਾਂਦਾ ਹੁੰਦਾ ਪਿੱਛੇ ਕੀ ਹੈਗਾ 월ਡ ਸੀਕਲ ਸੈਲ ਅਵੇਅਰਨੈਸ ਲਈ ਮਤਲਬ ਜਿਹੜਾ ਸੀਕਲ ਸੈਲ ਹੈਗਾ ਉਹਦੇ ਬਾਰੇ ਜਾਣਕਾਰੀ ਦੇ ਲਈ ਅਵੇਅਰ ਕਰਨ ਦੇ ਲਈ ਇੱਕ ਡੇ ਹੁੰਦਾ ਹੈ ਕਿਹੜਾ 월ਡ ਸੀਕਲ ਸੈਲ ਅਵੇਅਰਨੈਸ ਲਈ ਕਦੋਂ ਆ ਇਹ 19 ਜੂਨ ਹਰ ਸਾਲ ਦੱਸ ਕੀ ਆ ਜਾਂਦਾ ਮਨਾਇਆ ਜਾਂਦਾ ਇਹਦੇ ਵਿੱਚ ਦੱਸਿਆ ਜਾਂਦਾ ਇਹਨਾਂ ਤੋਂ ਕਿਵੇਂ ਬਚਣੇ ਕੀ ਰੋਕਥਾਮ ਹੁੰਦੀ ਹੈ ਠੀਕ ਹੈ ਜੀ ਅੱਗੇ ਚੱਲਦੇ ਹਾਂ ਜੀ Sri Lanka ਵਿੱਚ ਭਾਰਤ ਦੇ ਹਾਈ ਕਮਿਸ਼ਨਰ ਕਿਹੜਾ ਜੀ ਪਹਿਲੀ ਤਾਂ ਇਹਦੇ ਵਿੱਚ ਕੁਸਚਨ ਆ ਗਿਆ ਆਪਣੇ ਕੋਲ ਕਿ శ్రీలంਕਾ ਦੇ ਵਿੱਚ ਭਾਰਤ ਦਾ ਹਾਈ ਕਮਿਸ਼ਨਰ ਕੌਣਾ ਕੌਣਾ ਜੀ ਗੋਪਾਲ ਬਾਗਲੇ ਠੀਕ ਹੈ ਜੀ ਅਤੇ శ్రీలంਕਾ ਦੇ ਸਿੱਖਿਆ ਮੰਤਰਾਲੇ ਦੇ ਸਕੱਤਰ ਹੁਣ శ్రీలంਕਾ ਦਾ ਸਿੱਖਿਆ ਮੰਤਰਾਲੇ ਸਕੱਤਰ ਕੌਣਾ ਹੈ ਐਮ ਐਨ ਰਣ ਸਿੰਘ ਜੀ ਠੀਕ ਹੈ శ్రీలంਕਾ ਦੇ శ్రీలంਕਾ ਦੇ ਵਿੱਚ ਕੀ ਹੈਗਾ ਕਿਹੜੇ ਜ਼ਿਲ੍ਹੇ ਚ ਗਾਂਲੇ ਜ਼ਿਲ੍ਹੇ ਵਿੱਚ ਇੱਕ ਡਿਜੀਟਲ ਸਿੱਖਿਆ ਪ੍ਰੋਜੈਕਟ ਨੂੰ ਲਾਗੂ ਕਰਨ ਦੇ ਸਬੰਧ ਵਿੱਚ ਕੂਟਨੀਤਕ ਨੋਟਾਂ ਦਾ ਆਦਾਨ-ਪ੍ਰਦਾਨ ਕੀਤਾ। ਮਤਲਬ ਇਹ ਪੰਨੂ ਕਹਿਣਗੇ ਕਿ ਕਿਹਦੇ ਵਿੱਚ ਹੋਇਆ? ਇੰਡੀਆ ਤੇ శ్రీਲੰਕਾ ਦੇ ਵਿੱਚ ਭਾਰਤ ਦਾ ਹਾਈ ਕਮਿਸ਼ਨਰ ਕੌਣ ਆ? శ్రీਲੰਕਾ 'ਚ ਗੋਪਾਲ ਬਾਗਲੇ ਤੇ శ్రీਲੰਕਾ ਦਾ ਸਿੱਖਿਆ ਮੰਤਰੀ ਲਿਗਾਉਣਾ ਐਮ ਐਨ ਰਣ ਸਿੰਘ। ਕਲੀਅਰ ਆ ਜੀ। ਉਸ ਤੋਂ ਬਾਅਦ ਆ ਗਿਆ ਜੀ ਇੰਟਰਨੈਸ਼ਨਲ ਡੇ ਆਫ ਸੈਲੀਬ੍ਰੇਸ਼ਨ ਆਫ ਸੋਲਿਸਟਿਕ। ਕਦੋਂ ਮਨਾਇਆ ਜਾਂਦਾ ਦੀ ਹੈ 21 ਜੂਨ ਨੂੰ। ਕਿਹੜਾ ਇੰਟਰਨੈਸ਼ਨਲ ਡੇ ਆਫ ਸੋਲਿਸਟਿਕ। ਠੀਕ ਹੈ ਜੀ। ਹੁਣ ਆਗੇ ਜਿਹੜੇ ਭਾਰਤੀ ਲੈਵਲ ਦੇ ਹੁੰਦੇ ਨੇ ਰਾਸ਼ਟਰੀ ਮਸਲੇ ਠੀਕ ਹੈ ਜੀ ਪਹਿਲਾ ਹੈਗਾ ਜੀ ਜੁਨੀਅਨ ਬੈਂਕ ਆਫ ਇੰਡੀਆ ਨੇ ਆਵਾਦੀ ਦੇ ਵੱਖ-ਵੱਖ ਹਿੱਸਿਆਂ ਕਿਹੜੇ-ਕਿਹੜੇ ਨੂੰ ਔਰਤਾਂ ਮਹਿਲਾ ਮਉਦਮੀਆਂ ਅਤੇ ਪੇਸ਼ੇਵਰਾਂ ਪੈਨਸ਼ਨਰਾਂ ਅਤੇ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਲਈ ਚਾਰ ਵਿਸ਼ੇਸ਼ ਬੈਂਕ ਖਾਤਿਆਂ ਦੀ ਸ਼ੁਰੂਆਤ ਕੀਤੀ ਪਹਿਲਾ ਕੁਸ਼ਣ ਆਊਗਾ ਇਹ ਆਪਾਂ ਨੂੰ ਕਿ ਕਿਹੜੀ ਬੈਂਕ ਨੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕੀ ਕਰੇਗਾ ਖਾਤਿਆਂ ਦੀ ਸ਼ੁਰੂਆਤ ਕੀਤੀ ਹੈ ਕਿਹੜੀ ਨੇ ਜੁਨੀਅਨ ਬੈਂਕ ਆਫ ਇੰਡੀਆ ਨੇ ਤੇ ਕਿਹੜੇ-ਕਿਹੜੇ ਹਿੱਸਿਆਂ ਦੇ ਵਿੱਚ ਔਰਤਾਂ ਮਹਿਲਾਵਾਂ ਉਦਕਦਮੀਆਂ ਅਤੇ ਪੇਸ਼ੇਵਰਾਂ ਪੈਨਸ਼ਨਰਾਂ ਅਤੇ ਸਹਿਕਾਰੀ ਹਾਊਸਿੰਗ ਸੁਸਾਇਟੀਆਂ ਲਈ ਇਹ ਚਾਰ ਇਹਦੇ ਵਿੱਚ ਆਉਂਦੇ ਨੇ ਠੀਕ ਹੈ ਆਦਾਰੇ ਠੀਕ ਹੈ ਅੱਗੇ ਚੱਲਦੇ ਹਾਂ ਲੇਖਕਾ ਅਤੇ ਕਾਰਕੁਨ ਕੀ ਹੈ ਜੀ ਲੇਖਕਾ ਅਤੇ ਕਾਰਕੁਨ ਅਰੁੰਦਤੀ رائے ਅਰੁੰਦਤੀ رائے ਨੂੰ ਸਾਰੀ ਜਾਣਦੇ ਹੋਣੇ ਜੀ ਠੀਕ ਹੈ ਉਸ ਦੇ ਤਾਜ਼ਾ ਲੇਖ ਕਿਹੜਾ ਲੇਖ ਹੈ ਜੀ ਆਜ਼ਾਦੀ ਦੇ ਫ੍ਰਾਂਸੀਸੀ ਅਨੁਵਾਦ ਦੇ ਮੌਕੇ ਤੇ ਜੀਵਨ ਭਰ ਦੀ ਪ੍ਰਾਪਤੀ ਦੇ ਲਈ 45ਵੇਂ ਜੂਰਪੀਅਨ ਨਿਵੰਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਠੀਕ ਹੈ ਜੀ ਪਹਿਲਾਂ ਪੁੱਛਣਗੇ ਕਿਹਨੂੰ ਸਨਮਾਨਿਤ ਕੀਤਾ ਗਿਆਗਾ ਅਰੁੰਦਤੀ ਰਾਇ ਨੂੰ ਕਾਦੇ ਵਿੱਚ ਕੀਤਾ ਗਿਆ ਜੀ ਤਾਜ਼ਾ ਲੇਖ ਦੇ ਵਿੱਚ ਕਾਦੇ ਵਿੱਚ ਤਾਜ਼ਾ ਲੇਖ ਕਿਹੜਾ ਲੇਖ ਹੈਗਾ ਆਜ਼ਾਦੀ ਠੀਕ ਹੈ ਜੀ ਫ੍ਰਾਂਸੀਸੀ ਅਨੁਵਾਦ ਕੀਤਾ ਚੱਲੀਏ ਅੱਗੇ ਅੱਗੇ ਹੈਗਾ ਅਲੋਕ ਕੁਮਾਰ ਅਲੋਕ ਕੁਮਾਰ ਕਾਹਨਾਂਗਾ ਇਹ ਕਾਰਪੋਰੇਟ ਅਫਸਰ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਐਨਈਸੀ ਕਾਰਪੋਰੇਸ਼ਨ which ਗਲੋਬਲ ਸਮਾਰਟ ਸਿਟੀ ਬਿਜ਼ਨਸ ਦੇ ਮੁਖੀ ਅਤੇ ਐਨਈਸੀ ਕਾਰਪੋਰੇਸ਼ਨ ਇੰਡੀਆ ਦੇ ਪ੍ਰਧਾਨ ਅਤੇ ਸੀਓ ਨੂੰ ਏਸ਼ੀਅਨ ਵਿਕਾਸ ਜਿਹੜੀ ਏਡੀਬੀ ਆ ਠੀਕ ਹੈ ਜੀ ਦੇ ਉੱਚ ਅਧਿਕਾਰੀ ਉੱਚ ਪੱਧਰੀ ਸਲਾਹਕਾਰ ਸਮੂਹ ਦਾ ਮੈਂਬਰ ਨਿਯੁਕਤ ਕੀਤਾ ਗਿਆ ਕੌਣ ਅਲੋਕ ਕੁਮਾਰ ਨੂੰ ਕੀ ਦਾ ADB ਬੈਂਕ ਏਸ਼ੀਅਨ ਡਿਵੈਲਪਮੈਂਟ ਬੈਂਕ ਹੁੰਦੀ ਹੈ ਜੀ ਏਸ਼ੀਅਨ ਵਿਕਾਸ ਬੈਂਕ ਠੀਕ ਹੈ ਜੀ ਕੌਣਾ ਅਲੋਕ ਕੁਮਾਰ ਸਲਾਹਕਾਰ ਹੈ ਉੱਚ ਪੱਦਰੀ ਅੱਗੇ ਆਗੇ ਜਗਨਨਾਥ ਜਗਨਨਾਥ ਰਸਤ ਯਾਤਰਾ ਦੇ ਸੁਭ ਮੌਕੇ ਤੇ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸਾਹ ਹੁਣ ਪਹਿਲਾਂ ਆਪਣੂੰ ਇਹ ਚੀਜ਼ ਪੁੱਛ ਲੈਣਗੇ ਵੀ ਆਪਣਾ ਹੋਮ ਮਿਨਿਸਟਰ ਜਾਂ ਗ੍ਰਹਿ ਮੰਤਰੀ ਕੌਣਾਗਾ ਤਾਂ ਪੰਗਾ ਅਮਿਤ ਸਾਹ ਹੋਇਆ ਉਹਨਾਂ ਨੇ ਕੀ ਕਰਿਆ ਅਹਮਦਾਬਾਦ ਦੇ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਭੂਮੀ ਪੂਜਨ ਕੀਤਾ ਠੀਕ ਹੈ ਜੀ ਕਲੀਅਰ ਹੈ ਜੀ ਅੱਗੇ ਚੱਲਦੇ ਹਾਂ 2023 ਲਈ ਜਰਮਨ ਬੁੱਕ ਟ੍ਰੇਡ ਦਾ ਜਰਮਨ ਬੁੱਕ ਟ੍ਰੇਡ ਹੁੰਦਾ ਜੀ ਇੱਕ ਦਾ ਸ਼ਾਂਤੀ ਪੁਰਸਕਾਰ ਬ੍ਰਿਟਸ ਲੇਖਕ ਸਲਮਾਨ ਰਸਦੀਨ ਨੂੰ ਦਿੱਤਾ ਹੈ ਕਿਹਨੂੰ ਦਿੱਤਾ ਹੈ ਜੀ 23 ਦਾ ਜਰਮਨ ਬੁੱਕ ਟ੍ਰੇਡ ਸ਼ਾਂਤੀ ਪੁਰਸਕਾਰ ਕਿਹਨੂੰ ਮਿਲਿਆ ਹੈਗਾ ਜੀ ਅਮਰੀਕੀ ਲੇਖਕ ਕੀ ਨਾਮ ਹੈਗਾ ਸਲਮਾਨ ਰਸਦੀਨ ਠੀਕ ਹੈ ਜੀ ਉਹਦਾ ਜਨਮ ਕਦੋਂ ਹੋਇਆ ਸੀਗਾ ਆਪਾਂ ਨੂੰ ਇਹ ਪੁੱਛ ਲੈਣੇ ਹੁੰਦੇ ਨੇਗੇ ਉਹ ਕੀ ਆ ਉਹ ਇੰਡੀਅਨ ਮੂਲ ਦਾ ਮੁੰਬਈ 'ਚ ਜਨਮ ਹੋਇਆ ਸੀਗਾ ਭਾਰਤੀ ਮੂਲ ਦਾ 19 ਜੂਨ 1947 ਨੂੰ ਕਲੀਅਰ ਆ ਜੀ ਅੱਗੇ ਚੱਲਦੇ ਆਪਾਂ ਕਰਨਾਟਕਾ ਵਿੱਚ ਅੰਨਾ ਭਾਗਿਆ ਯੋਜਨਾ ਕੀ ਹੈਗਾ ਇੱਕ ਚਾਲੂ ਕਰੇਗੀ ਆ ਉਹ ਹੈ ਕੀ ਚੀਜ਼ ਆ ਕਿੱਥੇ ਹੋਈ ਆ ਕਰਨਾਟਕਾ 'ਚ ਕਿਹੜੀ ਹੈਗੀ ਅੰਨਾ ਭਾਗਿਆ ਤੇ ਉਹ ਕੀ ਦੇ ਨਾਲ ਰਿਲੇਟਡ ਆ ਜੀ ਉਹ ਹੈਗੀ ਹੈਗੀ ਵੀ ਚਾਵਲ ਨੇ ਜਿਹੜੇ ਚੌਲ ਨੇ ਉਹਨਾਂ ਦੀ ਉਤਪਤੀ ਲੈ ਕੇ ਆਉਣੀ ਹੈਗੀ ਕਿੰਨਾ ਵਾਸਤੇ ਜਿਹੜੇ BPL ਆਧਾਰ 'ਕਾ ਉਹਨੇ ਆਧਾਰਿਕ ਹੁੰਦੇ ਨੇਗੇ ਜਿਨ੍ਹਾਂ ਦਾ ਬੀਪੀਐਲ ਕਾਰਡ ਬਣਿਆ ਹੁੰਦਾ ਸਿਰਫ ਉਹਨਾਂ ਵਾਸਤੇ ਹੁੰਦਾ ਹੈਗਾ ਉਹਨਾਂ ਨੂੰ ਘਰ ਘਰ ਪਹੁੰਚਾਉਣ ਵਾਸਤੇ ਠੀਕ ਹੈ ਜੀ ਅੱਗੇ ਆ ਜੁੜੀ ਮੌਜੂਦਾ ਬਿਸਵ ਚੈਂਪੀਅਨ ਕਿਹੜਾ ਮੈਕਸ ਵਰਸਟੈਪਨ ਨੇ ਕੈਨੇਡੀਅਨ ਗ੍ਰਾਪੀ 1 ਹੁੰਦੀ ਹੈ ਜਿਵੇਂ ਮਾਈਕਲ ਸੂਮਾਕ ਹੁੰਦੇ ਨੇ ਫਾਰਮੂਲਾ 1 ਕਹਿੰਦੇ ਨੇ ਨਰੇਸ਼ ਉਹਦੇ ਵਿੱਚ ਕੀ ਹੈ ਸ਼ਾਨਦਾਰ ਪ੍ਰਦਰਸ਼ਨ ਕੀਤਾ ਜੇ ਉਹਨੇ ਹੁਣ ਪ੍ਰਦਰਸ਼ਨੇ ਵਧੀਆ ਕੀਤਾ ਤਾਂ ਆਟੋਮੇਟ ਪੇਪਰ ਨੂੰ ਪੱਤੀ ਹੈਗਾ ਕੀ ਹੋਊਗਾ ਉਹ ਜਿੱਤਿਆ ਹੋਊਗਾ ਠੀਕ ਆ ਆਪਣੀ ਰੈੱਡ ਬੁੱਲ ਟੀਮ ਰੈੱਡ ਬੁੱਲ ਟੀਮ ਦਾ ਬੰਦਾ ਉਹ ਠੀਕ ਹੈਗਾ ਮੈਕਸ ਸੋਮੀ ਫਾਰਮੂਲਾ ਬਣ ਜਿੱਤ ਦਰਜ ਕੀਤੀ ਸੋਮੀ ਹੋਈ ਸੀ ਜਿਹੜੀ ਜਿਹੜੀ ਫਾਰਮੂਲਾ ਬਣ ਹੁੰਦੀ ਹੈ ਠੀਕ ਹੈ ਜੀ ਫਰਨਾਂਡੋ ਅਲੈਸੋ ਤੇ ਐਸਟਨ ਮਾਰਟੀਨ ਦੇ ਲਈ ਡਰਾਈਵਿੰਗ ਕਰਦੇ ਹੋਏ ਉਹਨੇ ਦੂਜਾ ਕੀ ਹੈਗਾ ਸਥਾਨ ਹਾਸਲ ਕੀਤਾ ਕਿਨੇ ਫਰਨਾਂਡੋ ਨੇ ਠੀਕ ਹੈ ਜੀ ਅੱਗੇ ਆਜੋ ਜੀ ਵਿਦਾਨ ਸਵਾਜ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦਾ ਮੁੱਖ ਮੰਤਰੀ ਕੌਣਾ ਜੀ ਭਗਵੰਤ ਮਾਨ ਸਾਰਿਆਂ ਨੂੰ ਪਤਾ ਕਿਹੜੀ ਪਾਰਟੀ ਨਾਲ ਆਮ ਆਦਮੀ ਪਾਰਟੀ ਨਾਲ ਦੀ अपमानजनक टिप्पणी ਤੋਂ ਨਾਰਾਜ਼ ਰਾਜਪਾਲ ਕਿਹੜਾ ਬਨਵੌਰੀ لال ਪ੍ਰੋਹਿਤ ਪੰਜਾਬ ਦਾ ਗਵਰਨਰ ਕੌਣਾ ਹੀ ਰਾਜਪਾਲ ਕੌਣਾ ਬਨਵੌਰੀ لال ਪ੍ਰੋਹਿਤ ਸੂਬਾ ਸਰਕਾਰ ਦੇ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਨਗੇ ਇਹ ਤਾਂ ਕੋਈ ਖਾਸ ਖਬਰ ਨਹੀਂ ਬਣੀ ਨਾ ਇਹਦੇ ਵਿੱਚ ਕੁਝ ਹੁੰਦਾ ਇੰਨਾ ਕੁ ਹੋ ਸਕਦਾ ਪੰਜਾਬ ਦਾ ਮੁੱਖ ਮੰਤਰੀ ਕੌਣਾ ਤੇ ਪੰਜਾਬ ਦਾ ਜਿਹੜਾ ਗਵਰਨਰ ਰਾਜਪਾਲ ਕੌਣਾ ਕੀ ਆ ਬਨਵੌਰੀ لال ਪ੍ਰੋਹਿਤ ਇੰਨਾ ਕੁ ਕੁਸਚਨ ਆ ਸਕਦੇ ਠੀਕ ਹੈ ਜੀ ਇਹ ਸੀਗਾ ਜ ਆਪਣੇ ਕੋਲ ਅੱਜ ਦੇ ਕਰੰਟ ਅਫੇਅਰ ਇਹ ਮਤਲਬ ਅੱਜ ਨਹੀਂ ਕੱਲ ਵਾਸਤੇ ਹੁੰਦੇ ਕੱਲ ਦੇ ਹੁੰਦੇ ਨੇਗੇ ਤੇ ਕੱਲ ਨੂੰ ਆਪਾਂ ਅੱਜ ਵਾਲੇ ਕਰਾਂਗੇ ਜਿਹੜੇ ਵੀ ਨਿਊਜ਼ ਪੇਪਰ ਦੇ ਵਿੱਚ ਆਉਂਦੇ ਹੁੰਦੇ ਨੇ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ